ਪੰਜਾਬ ਦੇ ਆਖਰੀ ਸਿੱਖ ਸ਼ਾਸਕ ਮਹਾਰਾਜਾ ਦਲੀਪ ਸਿੰਘ, ਜੋ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸਨ, ਉਹਨਾਂ ਦੀ ਜ਼ਿੰਦਗੀ ਉੱਤੇ ਇੱਕ ਪ੍ਰਦਰਸ਼ਨੀ ਇੰਗਲੈਂਡ ਦੇ ਪੂਰਬ ਵੱਲ ਨੋਰਫੋਕ ਵਿੱਚ ਲਗਾਈ ਗਈ ਹੈ। ਮਹਾਰਾਜਾ ਦਲੀਪ ਸਿੰਘ 1854 ਵਿੱਚ 15 ਸਾਲ ਦੀ ਉਮਰ ਵਿੱਚ ਜਦੋਂ ਬ੍ਰਿਟੇਨ ਪਹੁੰਚੇ ਤਾਂ ਉਹਨਾਂ ਦਾ ਰਾਜ ਅੰਗਰੇਜ਼ਾਂ ਵੱਲੋਂ ਖੋਹ ਲਿਆ ਗਿਆ ਅਤੇ ਉਹਨਾਂ ਨੂੰ ਦੇਸ਼ ਤੋਂ ਕੱਢ ਦਿੱਤਾ ਗਿਆ। ਇੰਗਲੈਂਡ ਪਹੁੰਚਣ 'ਤੇ ਮਹਾਰਾਜਾ ਦਲੀਪ ਸਿੰਘ ਨੇ ਥੈਟਫਰਡ ਦੇ ਕੋਲ ਐਲਵੇਡੇਨ ਹਾਲ ਵਿੱਚ ਆਪਣਾ ਘਰ ਸਥਾਪਿਤ ਕੀਤਾ। ਇਹ ਜਿਹੜੀ ਐਕਸੀਬਿਸ਼ਨ ਲਾਈ ਗਈ ਹੈ, ਇਹ ਮਹਾਰਾਜਾ ਦਲੀਪ ਸਿੰਘ ਉੱਤੇ ਲਾਈ ਗਈ ਹੈ ਅਤੇ ਜਿਹੜੀ ਸ਼ੁਰੂਆਤ ਅਸੀਂ ਕੀਤੀ ਹੈ ਜਿਹੜੀ ਪੰਜਾਬ ਦੀ ਹਿਸਟਰੀ ਦਿਖਾਈਏ ਕਿ ਮਿਸਲਾਂ ਦੇ ਵੇਲੇ ਜਦੋਂ ਰਣਜੀਤ ਸਿੰਘ ਨੇ ਜਿਹੜਾ ਰਾਜ ਜਦੋਂ ਬਣਾਇਆ ਉਸ ਵੇਲੇ ਦੀ ਅਸੀਂ ਸਟੋਰੀ ਦੱਸੀ ਹੈ ਇਸ ਪਹਿਲੇ ਖਾਨੇ ਦੇ ਵਿੱਚ। ਅਤੇ ਫਿਰ ਅਸੀਂ ਚਾਹੁੰਦੇ ਹਾਂ ਅਸੀਂ ਮਹਾਰਾਜਾ ਦਲੀਪ ਸਿੰਘ ਦੀ ਜਿਹੜੀ ਸ਼ੁਰੂਆਤ ਉਹਦੀ ਜਿਹੜੀ ਅਰਲੀ ਹਿਸਟਰੀ ਹੈ ਅਤੇ ਉਸ 'ਤੇ ਵਸਤਾਂ ਵਿਖਾਈਆਂ ਨੇ, ਉਹਨਾਂ ਦੇ ਕੱਪੜੇ, ਉਹਨਾਂ ਦੇ ਵੈਲਵਟ ਜੈਕਟ। ਇਹ ਨੋਟਬੁੱਕ ਦਲੀਪ ਸਿੰਘ ਦੀ ਆਪਣੀ ਹੱਥ ਲਿਖਤ ਹੈ ਜਿਸ ਦੇ ਵਿੱਚ ਉਹਨੇ ਆਪਣੇ ਜਿਹੜੇ ਪਿਓ ਦੀਆਂ ਜਿਹੜੀਆਂ ਰਾਣੀਆਂ ਸਨ, ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀਆਂ ਰਾਣੀਆਂ, ਉਹਦੇ ਬਾਰੇ ਉਹਨੇ ਨੋਟ ਲਿਖਿਆ। ਅਤੇ ਇਹ ਪਹਿਲੀ ਬਾਈਬਲ ਜੋ 1850 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਦਿੱਤੀ ਗਈ ਸੀ, ਜਿਸ ਦੇ ਨਾਲ ਉਹਨੇ ਆਪਣੇ ਜਿਹੜੀ ਕ੍ਰਿਸਚਨ ਰਿਲੀਜਨ ਬਾਰੇ ਉਹਨੇ ਸਿੱਖਿਆ ਸੀ। ਦਲੀਪ ਸਿੰਘ ਕਾਫੀ ਮਸ਼ਹੂਰ ਸੀ ਸ਼ਿਕਾਰ ਦੇ ਵਿੱਚ ਅਤੇ ਇਹ ਉਹਦੇ ਜਿਹੜੇ ਸ਼ਿਕਾਰ ਖਾਣੇ ਦੀ ਜਗ੍ਹਾ, ਉਹਦੇ ਜਿਹੜੀ ਬੰਦੂਕਾਂ ਦੀ ਜਿਹੜੇ ਬਾਕਸ ਨੇ ਉਹ ਦਿਖਾਇਆ ਗਿਆ ਹੈ। ਅਤੇ ਇੱਕ ਕਿਤਾਬ ਵੀ ਹੈਗੀ ਹੈ ਜੋ ਵਿਕਟੋਰੀਆ ਨੇ ਮਹਾਰਾਜਾ ਦਲੀਪ ਸਿੰਘ ਨੂੰ ਪ੍ਰਜੈਂਟ ਕੀਤੀ ਸੀ, ਜਿਸ ਵਿੱਚ ਕੁਈਨ ਵਿਕਟੋਰੀਆ ਨੇ ਸਾਈਨ ਕੀਤੇ ਨੇ ਟੂ ਮਹਾਰਾਜਾ ਦਲੀਪ ਸਿੰਘ ਫਰੋਮ ਯੋਰ ਅਫੈਕਸ਼ਨਰ ਫਰੈਂਡ ਵਿਕਟੋਰੀਆ ਵਿੰਜ਼ਰ ਕਾਸਲ 1868। ਜਦੋਂ ਮੈਂ ਯੂਨੀਵਰਸਿਟੀ ਵਿੱਚ ਪੜ੍ਹਦਾ ਸਾਂ ਨਾ, ਉਦੋਂ ਮੈਂ ਪਹਿਲੀ ਵਾਰ ਨੋਰਫੋਕ ਵਿੱਚ ਆਇਆ ਸਾਂ ਅਤੇ ਮੈਂ ਅਤੇ ਮੇਰੇ ਦੋਸਤ ਨੋਰੇਜ ਜਾ ਰਹੇ ਸਾਂ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਐਲਵਡਨ ਰੁਕ ਸਕਦੇ ਹਾਂ ਕਿ ਮੈਂ ਮਹਾਰਾਜਾ ਦਲੀਪ ਸਿੰਘ ਦੀ ਜੋ ਕਬਰ ਹੈ ਉਹ ਦੇਖਣਾ ਚਾਹੁੰਦਾ। ਉਸ ਵੇਲੇ ਮੈਨੂੰ ਦਲੀਪ ਸਿੰਘ ਬਾਰੇ ਕੁਛ ਇੰਨਾ ਜ਼ਿਆਦਾ ਜਾਣਕਾਰੀ ਨਹੀਂ ਸੀ ਅਤੇ ਮੈਨੂੰ ਸਿਰਫ ਪਤਾ ਸੀ ਕਿ ਉਹਦੀ ਜਿਹੜੀ ਗ੍ਰੇਵ ਹੈ ਉਹ ਐਲਵਡਨ ਦੇ ਵਿੱਚ ਹੈ। ਜਦੋਂ ਅਸੀਂ ਗੱਡੀ ਰੋਕੀ ਤਾਂ ਮੈਂ ਦਲੀਪ ਸਿੰਘ ਦੀ ਜਿਹੜੀ ਗ੍ਰੇਵ ਦੇਖੀ ਅਤੇ ਫਿਰ ਮੈਨੂੰ ਪਤਾ ਲੱਗ ਗਿਆ ਕਿ ਉਹਦੀ ਵਾਈਫ ਵੀ ਸੀ ਅਤੇ ਉਹਦਾ ਇੱਕ ਬੇਟਾ ਵੀ ਸੀ, ਜੋ ਮੈਂ ਕਦੀ ਪੜ੍ਹਿਆ ਨਹੀਂ ਸੀ, ਮੈਂ ਸੋਚਿਆ ਵੀ ਨਹੀਂ ਸੀ ਕਿ ਉਹਦਾ ਪਰਿਵਾਰ ਹੈਗਾ। ਅਤੇ ਜਦੋਂ ਅਸੀਂ ਨਿਕਲ ਲੱਗੇ ਤਾਂ ਇੱਕ ਜਿਹੜੀ ਇੱਕ ਬਜ਼ੁਰਗ ਔਰਤ ਸਾਡੇ ਕੋਲ ਆਈ ਅਤੇ ਮੈਨੂੰ ਕਹਿਣ ਲੱਗੀ ਕਿ ਤੈਨੂੰ ਪਤਾ ਕਿ ਨਾਲੇ ਦੇ ਵਿੱਚ ਨਾਲ ਸ਼ਹਿਰ ਦੇ ਵਿੱਚ ਇੱਕ ਮਿਊਜ਼ੀਅਮ ਹੈਗਾ ਜੋ ਦਲੀਪ ਸਿੰਘ ਦੇ ਬੇਟੇ ਨੇ ਉਸ ਸ਼ਹਿਰ ਨੂੰ ਦਿੱਤਾ ਸੀ ਅਤੇ ਉਹਦੇ ਵਿੱਚ ਦਲੀਪ ਸਿੰਘ ਦੇ ਪਰਿਵਾਰ ਦੀ ਕਾਫੀ ਹਿਸਟਰੀ ਹੈ। ਅਤੇ ਮੈਂ ਸਿਰਫ ਇਹੀ ਕਹਿ ਸਕਦਾ ਕਿ ਅੱਧੇ ਘੰਟੇ ਦੇ ਵਿੱਚ ਮੈਂ ਇੱਕ ਕਹਿ ਲਓ ਇੱਕ ਸ਼ਰਾਈਨ ਕਹਿ ਲਓ ਜੋ ਦਲੀਪ ਸਿੰਘ ਦੇ ਫੈਮਿਲੀ ਪਰਿਵਾਰ ਦੇ ਉੱਤੇ ਬਣਿਆ ਹੈ ਉਹਦੇ ਵਿੱਚ ਮੈਂ ਖਲੋਤਾ ਸਾਂ ਅਤੇ ਜਿਹਦੇ ਵਿੱਚ ਉਹਨਾਂ ਦੀਆਂ ਪਰਸਨਲ ਐਲਬਮਸ, ਉਹਨਾਂ ਦੀਆਂ ਵਸਤਾਂ, ਉਹਨਾਂ ਦੀਆਂ ਆਰਟੀਫੈਕਟਸ ਡਿਸਪਲੇ ਹੋਈਆਂ ਸਨ। ਅਤੇ ਉਸ ਵੇਲੇ ਜੋ ਕਿਊਰੇਟਰ ਸੀ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਇਹ ਬੱਚਿਆਂ ਬਾਰੇ ਕੋਈ ਕਿਤਾਬ ਹੈਗੀ ਹੈ ਜੋ ਮੈਂ ਪੜ੍ਹ ਸਕਣਾ? ਅਤੇ ਉਹ ਕਹਿਣ ਲੱਗਾ ਕਿ ਨਹੀਂ, ਉਹਦੇ ਬਾਰੇ ਨਹੀਂ ਹੈਗੀ, ਅਸੀਂ ਸਾਡੇ ਕੋਲ ਦਲੀਪ ਸਿੰਘ ਉੱਤੇ ਕਿਤਾਬ ਨੇ ਪਰ ਉਹਦੇ ਬੱਚਿਆਂ ਬਾਰੇ ਕੁਛ ਨਹੀਂ ਹੈਗਾ। ਅਤੇ ਫਿਰ ਮੈਂ ਕੀ ਕੀਤਾ, ਮੈਂ ਇੱਕ ਚਿੱਠੀ ਲਿਖੀ ਲੋਕਲ ਨਿਊਜ਼ ਪੇਪਰ ਨੂੰ ਜੋ ਪਬਲਿਸ਼ ਹੋਈ ਸੀ, ਅਤੇ 6 ਮਹੀਨੇ ਦੇ ਵਿੱਚ ਨਾ ਉਹ ਚਿੱਠੀ ਕਰਕੇ ਮੈਨੂੰ ਨਾ 300 ਕੋਈ ਜਵਾਬ ਆਇਆ, 300 ਚਿੱਠੀਆਂ ਮੈਨੂੰ ਵਾਪਸ ਆਈਆਂ ਜਿਹਨਾਂ ਨੇ ਲੋਕਾਂ ਨੇ ਮੈਨੂੰ ਕਿਹਾ ਕਿ ਹਾਂਜੀ ਅਸੀਂ ਦਲੀਪ ਸਿੰਘ ਦੇ ਪਰਿਵਾਰ ਨੂੰ ਜਾਣਦੇ ਸਾਂ ਜਾਂ ਉਹਦੇ ਬੱਚਿਆਂ ਨੂੰ ਮਿਲੇ ਸਾਂ ਜਾਂ ਮੇਰੇ ਕੋਲ ਦਲੀਪ ਸਿੰਘ ਦੇ ਇਹ ਅਵਸਥਾ ਨੇ ਜਾਂ ਮੇਰੇ ਕੋਲ ਉਹਦੇ ਬੱਚਿਆਂ ਦੇ ਇਹ ਤਸਵੀਰਾਂ ਨੇ ਅਤੇ ਤੁਸੀਂ ਆ ਕੇ ਸਾਨੂੰ ਮਿਲੋ। ਫਿਰ ਉਹ ਮੈਨੂੰ ਕਈ ਟਾਈਮ ਲੱਗ ਗਿਆ, ਮੈਨੂੰ ਸਾਲ ਲੱਗ ਗਿਆ ਉਹ ਸਾਰਿਆਂ ਨੂੰ ਵਿਜ਼ਿਟ ਕੀਤਾ, ਉਹਦੀ ਇੰਟਰਵਿਊਜ਼ ਲਈਆਂ, ਕਈਆਂ ਨੇ ਮੈਨੂੰ ਆਰਟੀਫੈਕਟਸ ਦਿਖਾਈਆਂ, ਕਈਆਂ ਨੇ ਮੈਨੂੰ ਦੇ ਹੀ ਦਿੱਤੀਆਂ ਕਿ ਤੁਸੀਂ ਰੱਖ ਲਓ ਕਿ ਸਾਨੂੰ ਤਾਂ ਇਸ ਚੀਜ਼ ਦੀ ਕੋਈ ਵੈਲਿਊ ਨਹੀਂ ਹੈਗੀ, ਸਾਡੇ ਬੱਚੇ ਤਾਂ ਸੁੱਟ ਦੇਣਗੇ, ਤੁਸੀਂ ਰੱਖ ਲਓ, ਤੁਹਾਡੇ ਹੀ ਹਿਸਟਰੀ ਹੈ, ਤੁਹਾਡੀ ਸਿੱਖਾਂ ਦੀ ਹਿਸਟਰੀ ਹੈ। ਅਤੇ ਉਹਨਾਂ ਨੇ ਮੈਨੂੰ ਦੇ ਦਿੱਤੀ ਅਤੇ ਕਈਆਂ ਨੇ ਕਿਹਾ ਮੈਨੂੰ ਕਿ ਤੁਸੀਂ ਕਿੰਨਾ ਦੇਣਾ ਅਤੇ ਮੈਂ ਖਰੀਦ ਰਿਹਾ ਉਹਨਾਂ ਕੋਲ। ਅਤੇ ਉੱਥੋਂ ਮੇਰਾ ਸਾਰਾ ਕਲੈਕਸ਼ਨ ਸ਼ੁਰੂ ਹੋ ਗਿਆ। ਪਹਿਲੀ ਵਾਰ ਪ੍ਰਦਰਸ਼ਿਤ ਹੋਈਆਂ ਇਹਨਾਂ ਕਲਾਕ੍ਰਿਤੀਆਂ ਨੂੰ ਦੇਖਣ ਲਈ ਪੂਰੇ ਇੰਗਲੈਂਡ ਤੋਂ ਲੋਕ ਆ ਰਹੇ ਹਨ। ਸਾਡੇ ਕੋਲ ਇੱਥੇ ਬਹੁਤ ਸਾਰੇ ਸੈਲਾਨੀ ਆਉਂਦੇ ਨੇ, ਕਈ ਲੋਕ ਤਾਂ ਬਾਹਰੋਂ ਆ ਕੇ ਪ੍ਰਦਰਸ਼ਨੀ ਦੇਖਦੇ ਨੇ।
ਪਰ ਅਜਿਹੇ ਵੀ ਬਹੁਤ ਸਾਰੇ ਲੋਕ ਨੇ ਜੋ ਇਸ ਬਿਲਡਿੰਗ ਵਿੱਚ ਹੋਰ ਕੰਮਾਂ ਲਈ ਆਉਂਦੇ ਨੇ, ਜਿਵੇਂ ਕਿ ਬਰਥ ਸਰਟੀਫਿਕੇਟ ਦੇ ਲਈ। ਅਤੇ ਉਹਨਾਂ ਲੋਕਾਂ ਨੂੰ ਦਲੀਪ ਸਿੰਘ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ, ਪਰ ਫਿਰ ਵੀ ਉਹ ਉਹਨਾਂ ਦੀ ਕਹਾਣੀ ਤੋਂ ਕਾਫ਼ੀ ਪ੍ਰਭਾਵਿਤ ਹੁੰਦੇ ਨੇ। ਜਿਹੜੀ ਐਕਸੀਬਿਸ਼ਨ ਦੀ ਜਿਹੜਾ ਉਹਦੀ ਰਿਜ਼ਲਟ ਹੋਈ ਹੈ ਉਹ ਤਾਂ ਬਹੁਤ ਵਧੀਆ ਹੋਈ ਹੈ, ਬਿਕੋਜ਼ ਮੈਨੂੰ ਨਾ ਇੰਗਲੈਂਡ ਤੋਂ ਰਹਿਣ ਦਿਉ, ਸਕੋਟਲੈਂਡ ਵੀ ਰਹਿਣ ਦਿਉ, ਮੈਨੂੰ ਯੂਰਪ ਤੋਂ ਅਤੇ ਇੰਡੀਆ ਤੋਂ ਵੀ ਬਹੁਤ ਮੈਸੇਜ ਆਈਆਂ ਨੇ ਲੋਕਾਂ ਨੇ, ਜੋ ਕਹਿੰਦੇ ਅਸੀਂ ਸਪੈਸ਼ਲੀ ਆਉਣਾ ਚਾਹੁੰਦੇ ਹਾਂ ਐਕਸੀਬਿਸ਼ਨ ਨੂੰ ਦੇਖਣ ਵਾਸਤੇ, ਅਤੇ ਕਈ ਇੰਡੀਆ ਤੋਂ ਆਏ ਵੀ ਨੇ ਹੋਰ ਕੰਮ ਵਾਸਤੇ, ਅਤੇ ਉਹਨਾਂ ਨੇ ਕਿਹਾ ਕਿ ਅਸੀਂ ਨੌਲੇਜ ਜ਼ਰੂਰ ਜਾਣਾ ਐਕਸੀਬਿਸ਼ਨ ਦੇਖਣ ਵਾਸਤੇ, ਅਤੇ ਉਹਨਾਂ ਨੂੰ ਬਹੁਤ ਸੋਚ ਪਿਆਰੀਆਂ ਚਿੱਠੀਆਂ ਲਿਖੀਆਂ ਨੇ ਕਿ ਜੋ ਤੁਸੀਂ ਕੰਮ ਕਰ ਰਹੇ ਹੋ, ਕੰਮ ਕੀਤਾ, ਜੋ ਕਲੈਕਟ ਕੀਤਾ, ਇਹ ਇੱਕ ਸਾਡੇ ਫਿਊਚਰ ਵਾਸਤੇ, ਸਾਡੇ ਫਿਊਚਰ ਆਉਣ ਵਾਲੇ ਜਿਹੜੀ ਨਸਲਾਂ ਨੇ, ਜਨਰੇਸ਼ਨ ਬੱਚਿਆਂ ਨੇ, ਉਹਨਾਂ ਵਾਸਤੇ ਬਹੁਤ ਬਹੁਤ ਵਧੀਆ ਹੈ ਕਿ ਉਹ ਵੀ ਸਿੱਖਣ ਕਿ ਸਾਡਾ ਜਿਹੜਾ ਸਿੱਖ ਰਾਜ ਸੀ ਉਹ ਕੀ ਸੀ।